ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਸਟੋਰ ਕਰਕੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਥਾਣਾ ਸਿਟੀ ਇੱਕ ਮਾਨਸਾ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਸਟੋਰ ਕੀਤੇ ਪਟਾਕੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਥਾਂ 'ਤੇ ਇੱਥੇ ਸ਼ਹਿਰ ਦੇ ਵਿੱਚ ਬਿਨਾਂ ਕਿਸੇ ਲਾਇਸੈਂਸ ਤੋਂ ਆਬਾਦੀ ਦੇ ਵਿੱਚ ਵਿਸਫੋਟਕ ਪਟਾਕੇ ਜਿਹੜੇ ਉਹ ਸਟੋਰ ਕੀਤੇ ਹੋਏ ਆ ਕਿਸੇ ਬੰਦੇ ਨੇ। ਅਸੀਂ ਉੱਥੇ ਰੇਡ ਕਰਕੇ ਉੱਥੋਂ ਪਟਾਕੇ ਬਰਾਮਦ ਕੀਤੇ, ਬਰਾਮਦ ਕਰਕੇ ਉਹਨਾਂ ਦੇ ਅਸੀਂ ਖਿਲਾਫ਼ ਕੇਸ ਰਜਿਸਟਰ ਕੀਤਾ, ਪਰਚਾ ਦਰਜ ਕੀਤਾ, ਤਫ਼ਤੀਸ਼ ਚੱਲ ਰਹੀ ਹੈ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।